ਵੀ ਤੁਸੀਂ ਉਹਨਾਂ ਨੂੰ ਬੁਲਾ ਲਓ ਫੇਸ ਟੂ ਫੇਸ ਸੁਰਜੀਤ ਸਾਡੇ ਦੇਖਣ ਨੂੰ ਤਾਂ ਸਾਡੇ ਮਾਂ ਪਿਓਾਂ ਵਰਗਾ ਪਰ ਇਹਦੀ ਮਾਂ ਪਿਓਾਂ ਵਾਲੀ ਜਾਂ ਟੀਚਰ ਵਾਲੀ ਕੋਈ ਹਰਕਤ ਨਹੀਂ ਹੈਗੀ। ਇਹ ਬੰਦਾ ਆਪਣੇ ਆਪ ਨੂੰ ਬਹੁਤ ਵੱਡੇ ਵਿਦਵਾਨ ਸਮਝਦੇ ਹੈ, ਇੱਥੋਂ ਦੇ ਯੂਨੀਵਰਸਿਟੀ ਦੇ ਆਕਾ ਸਮਝਦੇ ਹੈ, ਯੂਨੀਵਰਸਿਟੀ ਦੇ ਇਹ ਕਹਿੰਦੇ ਆ ਬੱਚਿਆਂ ਨੂੰ ਕਿ ਤੁਸੀਂ ਸਾਡਾ ਕੀ ਕਰ ਸਕਦੇ ਹੋ, ਕਿਉਂਕਿ ਇਹ ਬੀ ਸੀ ਦਫ਼ਤਰ ਆ ਕੇ ਸਵੇਰ ਦਾ ਬੈਠਾ। ਕਿਉਂ ਬੀ ਸੀ ਦਫ਼ਤਰ ਨੇ ਕਿਉਂ ਬਿਠਾਇਆ? ਕਿਉਂਕਿ ਚਹੇਤਾ ਬੀ ਸੀ ਦਾ, ਇਹਨਾਂ ਕੋਲ ਘੱਟੋ ਘੱਟ ਤਿੰਨ ਤਿੰਨ ਚਾਰ ਚਾਰ ਅਹੁਦੇ ਇਹਨਾਂ ਨੂੰ ਵੰਡੇ ਹੋਏ ਆ, ਅਤੇ ਇਕੱਲੇ ਬੱਚਿਆਂ ਨਾਲ ਨਹੀਂ, ਜਿਹੜੇ ਇਹ ਜਿੱਥੇ ਹੈੱਡ ਬਣੇ ਹੋਏ ਆ ਉੱਥੋਂ ਦੇ ਸਟਾਫ ਨਾਲ ਵੀ, ਉੱਥੋਂ ਦੀਆਂ ਜਿਹੜੀਆਂ ਕੋਈ ਲੇਡੀਜ਼ ਕੰਮ ਕਰਦੀਆਂ, ਕੋਈ ਮੇਲ ਕੰਮ ਕਰਦੇ, ਉਹਨਾਂ ਨੂੰ ਵੀ ਧਮਕਾਉਂਦੇ ਆ। ਗੱਲ ਇਹ ਕਿ ਕੋਈ ਬੋਲਦਾ ਨਹੀਂ, ਕਿਉਂਕਿ ਡਰ ਉਹਨੂੰ ਇਹ, ਕਿਉਂਕਿ ਜਿਹਨੇ 5-7 ਸਾਲ ਜਾਂ 10 ਸਾਲ ਪੂਰੇ ਯੂਨੀਵਰਸਿਟੀ ਦੇ ਵਿੱਚ ਕੋਈ ਗ੍ਰੈਜੂਏਸ਼ਨ ਕਰਕੇ MA ਕਰਦਾ, PhD ਤੱਕ ਜਾਂਦਾ, ਉਹਨੂੰ ਇਹ ਵੀ ਮੇਰੇ 9 ਸਾਲਾਂ ਦੀ ਇੱਕ ਮਿਹਨਤ ਆ ਜਿਹੜੀ ਉਹ ਖਰਾਬ ਹੋ ਜੂਗੀ, ਕਿਉਂਕਿ ਪਿੱਛੋਂ ਘਰਦਿਆਂ ਦਾ ਵੀ ਪ੍ਰੈਸ਼ਰ। ਕਿਵੇਂ ਗੱਲ ਸਾਹਮਣੇ ਆਈ ਹੁਣ, ਕਿਉਂਕਿ ਉਹ ਬੱਚੀ ਦੀ ਜਿਹੜੀ ਡੈਥ ਹੋਈ ਤਾਂ ਇਹਨਾਂ ਦੀ ਸਾਰੀ ਕਲਾਸ ਦਾ ਇਹਨਾਂ ਦਾ ਏਕਾ ਹੋਇਆ ਕਿ ਇੱਥੋਂ ਰੁਕਣ ਵਾਲਾ ਕੰਮ ਨਹੀਂ, ਇਹਨੂੰ ਇੱਥੇ ਰੋਕਣਾ ਪੈਣਾ, ਤਾਂ ਕਰਕੇ ਸਾਰਾ ਹਜੂਮਾ ਜਿਹੜਾ ਇਕੱਠਾ ਹੋਇਆ। ਉਹਨੂੰ ਕਿਸੇ ਦੀ ਕੋਈ ਮਜਬੂਰੀ ਨਹੀਂ ਪਤਾ ਲੱਗਦੀ। ਜੇ ਮੇਰਾ ਪੈਰ ਫ੍ਰੈਕਚਰ ਹੋਇਆ ਸੀ, ਮੈਂ 3rd ਈਅਰ ਦਾ ਸਟੂਡੈਂਟ ਹਾਂ, ਮੈਂ 1st ਈਅਰ 'ਚ ਮੇਰੇ ਪੈਰ ਫ੍ਰੈਕਚਰ ਹੋਇਆ ਸੀ, ਮੇਰੇ ਡਾਕਟਰ ਨੇ 2 ਮਹੀਨੇ ਵਾਸਤੇ ਬੈੱਡ ਰੈਸਟ ਕਿਹਾ ਸੀ, ਮੈਂ ਸਰਚੇ ਦਵਾ, ਅਤੇ ਮੈਂ ਸਰ ਨੂੰ ਕਿਹਾ ਸੀ ਮੈਂ ਸਰ ਨੂੰ ਮੈਡੀਕਲ ਭੇਜਿਆ, ਹਾਲਾਂਕਿ ਮੇਰੇ ਪ੍ਰੈਕਟੀਕਲ ਸੀਗੇ, ਉਹ ਕਹਿੰਦਾ ਕਿ ਜੇ ਤੂੰ ਪ੍ਰੈਕਟੀਕਲ ਦੇਣੇ ਤੈਨੂੰ ਇੱਧਰ ਆ ਕੇ ਦੇਣੇ ਪੈਣੇ, ਤੈਨੂੰ ਕੋਈ ਛੁੱਟੀ ਨਹੀਂ ਮਿਲੀ, ਜੇ ਨਾ ਆਏ ਪ੍ਰੈਕਟੀਕਲ ਵਾਲੇ ਤੇਰੇ 0 ਲਾ ਦੇਣਾ। ਇੱਧਰ ਸਟੂਡੈਂਟਸ ਨੂੰ ਮੈਂਟਲੀ ਉਹ ਟੋਰਚਰ ਕਰਦਾ ਤਾਂ ਕਿ ਸਟੂਡੈਂਟ ਆਪ ਚੱਲ ਕਹਵੇ ਮੈਂ ਟੁੱਟਾ ਪੈਰ ਲੈ ਕੇ ਯੂਨੀਵਰਸਿਟੀ ਆ ਕੇ ਪ੍ਰੈਕਟੀਕਲ ਦੇ ਕੇ ਗਿਆ ਸੀਗਾ, ਅਤੇ ਉਹਨੇ ਕਿਸੇ ਦੀ ਮਜਬੂਰੀ ਨਹੀਂ ਸਮਝੀ। ਮੇਰਾ ਫਰੈਂਡ ਆ, ਉਹਦਾ ਡੈਡੀ ਐਕਸਪਾਇਰ ਹੋਇਆ ਸੀਗਾ, ਉਹ ਕਹਿੰਦੇ ਤੁਹਾਡੇ ਤਾਂ ਮੋਤਾਂ ਹੁੰਦੀਆਂ ਰਹਿਣਗੇ, ਤਾਂ ਕਹਿੰਦੇ ਮੈਂ ਛੁੱਟੀ ਨਹੀਂ ਦੇਣੀ। ਬਾਕੀ ਜਿਹੜੇ ਟੀਚਰਸ ਨੇ, ਜਿਹੜੇ ਕੋਆਰਡੀਨੇਟਰਸ ਨੇ ਜਾਂ ਅਲੱਗ ਡਿਪਾਰਟਮੈਂਟ ਦੇ, ਉਹ ਕਈ ਹੱਦ ਤੱਕ ਸਮਝਦੇ ਨੇ, ਬਟ ਇਹ ਪ੍ਰੋਫੈਸਰ ਨਾਮ ਦੇ ਕੀ ਕਹਿ ਸਕਦੇ ਕਿ ਇਨਸਾਨ ਕਹਾਉਣ ਦੇ ਲਾਇਕ ਵੀ ਨਹੀਂ ਆ। ਇੱਕ ਲੜਕੀ ਸਾਡੀ ਯੂਨੀਵਰਸਿਟੀ ਦੀ ਕੱਲ੍ਹ 9:30 ਬਿਮਾਰ ਹੋਈ ਸੀ, ਉਹ ਹੈਲਥ ਸੈਂਟਰ ਆਈ, ਉਹਨੂੰ ਕੋਈ ਸਾਹ ਦੀ ਤਕਲੀਫ ਸੀ, ਉਹਨੂੰ ਫਸਟ ਏਡ ਦਿੱਤੀ ਗਈ, ਉਹਨੂੰ ਨੈਬੂਲਾਈਜ਼ ਕੀਤਾ ਗਿਆ, ਫਿਰ ਉਹਦੇ ਪੇਰੈਂਟਸ ਆਏ ਅਤੇ ਉਹ ਲੜਕੀ ਨੂੰ ਲੈ ਗਏ। ਇਹ ਗੱਲ ਸਵੇਰੇ 9:30 ਦੀ ਹੈ, 10:30 ਲੜਕੀ ਨੂੰ ਪੇਰੈਂਟਸ ਲੈ ਗਏ। ਉਹ 5-ਈਅਰ ਇੰਟੀਗ੍ਰੇਟਿਡ ਲੈਂਗੁਏਜ ਪ੍ਰੋਗਰਾਮ ਦੀ ਪਹਿਲੇ ਸਾਲ ਦੀ ਵਿਦਿਆਰਥਣ ਸੀ ਅਤੇ 2.5 ਸਾਲ ਤੋਂ ਬਿਮਾਰ ਚੱਲ ਰਹੀ ਸੀ। ਬਾਅਦ ਵਿੱਚ ਘਰ ਜਾ ਕੇ ਉਹਦੀ ਰਾਤ ਨੂੰ ਮੌਤ ਹੋ ਗਈ, ਅਤੇ ਉਹਦੇ ਕਰਕੇ ਸਟੂਡੈਂਟਸ ਜਿਹੜੇ ਉਹ ਐਜੀਟੇਟਡ ਨੇ, ਉਹਨਾਂ ਦੀਆਂ ਕੁਝ ਹੋਰ ਵੀ ਡਿਮਾਂਡਸ ਨੇ FIIP ਪ੍ਰੋਗਰਾਮ ਦੇ ਕੋਆਰਡੀਨੇਟਰ ਸੰਬੰਧੀ, ਉਹਦੇ 'ਤੇ ਸਾਡੇ ਇਹਨਾਂ ਗੱਲ ਬਚ। ਕੁਛ ਲੜਕੀਆਂ ਕਈ ਵਾਰ ਕੋਈ ਪ੍ਰੋਬਲਮ ਆ ਜਾਂਦੀ ਪਰਸਨਲ, ਸਟਾਫ ਵੱਲੋਂ ਜਾਂ ਕਈ ਟੀਚਰ ਗਲਤ ਸ਼ਬਦਾਵਲੀ ਬੋਲੀ ਜਾਂਦੀ, ਇੱਦਾਂ ਦੀ ਕੰਪਲੇਂਟ? ਮੈਂ ਇਹੀ ਕਹਿ ਸਕਦਾ ਵੀ ਜਦੋਂ ਵੀ ਮੈਨੂੰ ਕੋਈ ਲਿਖਤੀ ਕੰਪਲੇਂਟ ਆਉਂਦੀ ਹੈ, ਮੈਂ ਉਹਦੇ 'ਤੇ ਐਕਸ਼ਨ ਲੈਂਦਾ। ਕਿ ਜਿਵੇਂ ਸਟਾਫ ਵੀ ਹੋ ਰਹੇ ਲੇਡੀ, ਉਹਨਾਂ ਨੂੰ ਕਈ ਵਾਰ ਦਿੱਕਤਾਂ ਆਉਂਦੀਆਂ ਜੇ ਉਹ ਕੋਈ ਕੰਪਲੇਂਟ ਨਹੀਂ ਕਰ ਪਾਉਂਦੀ ਹੈ, ਉਹਦੇ ਬਾਰੇ ਕੀ? ਜਿੰਨਾ ਚਿਰ ਉਹਦੇ ਵੱਲੋਂ ਇਹ ਹੈ ਕਿ ਸਾਡਾ ਸੈੱਲ ਹੈ, ਸਾਡੇ ਕੋਲ ਇੰਟਰਨਲ ਕੰਪਲੇਂਟ ਕਮੇਟੀ ਹੈ, ਸੈਕਸ਼ੂਅਲ ਹਰੈਸਮੈਂਟ ਸੈੱਲ ਹੈ, ਉੱਥੇ ਜੇ ਤੁਸੀਂ ਨਹੀਂ ਵੀ ਕੰਪਲੇਂਟ ਕਰਦੇ ਤਾਂ ਤੁਸੀਂ ਆਪਣੀ ਜਾ ਕੇ ਗੱਲਬਾਤ ਕਰ ਸਕਦੇ ਹੋ, ਉਹ ਤੁਹਾਡੀ ਹੈਲਪ ਵੀ ਕਰਦੇ ਆ ਵੀ ਕੰਪਲੇਂਟ ਕਿਵੇਂ ਕਰਨੀ। ਕੰਪਲੇਂਟ ਬਹੁਤ ਸਾਡੇ ਕੋਲ ਕੇਸ ਆਉਂਦੇ ਆ, ਉਹ ਸਾਰੇ ਰਿਜ਼ੋਲਵ ਕੀਤੇ ਜਾਂਦੇ। ਅਤੇ ਜਿਵੇਂ ਮੈਡੀਕਲ ਦੀ ਪ੍ਰੋਬਲਮ ਆਈ, ਕਾਫੀ ਬਿਮਾਰ ਸੀ ਲੜਕੀ, ਜਾਂ ਹੋਸਪਿਟਲ ਨਹੀਂ ਐਡਮਿਟ, ਇੱਦਾਂ ਦੀ ਕੋਈ ਸਹੂਲਤ ਵੀ ਨਾਲ ਦੀ? ਨਹੀਂ, ਅਸੀਂ ਤਾਂ ਉਸੇ ਵੇਲੇ ਹੋਸਪਿਟਲ ਐਡਮਿਟ ਕਰਾਉਂਦੇ ਹਾਂ ਜੀ, ਜੇ ਪੇਰੈਂਟਸ ਨਾ ਆਉਂਦੇ ਅਸੀਂ ਐਡਮਿਟ ਕਰਾ ਦੇਣਾ ਸੀ, ਪੇਰੈਂਟਸ ਨੂੰ ਲੈ ਕੇ, ਪੇਰੈਂਟਸ ਦਾ ਹੱਕ ਆ ਬੱਚੇ ਨੂੰ ਆਪਣੇ ਘਰ ਕੱਢਣਾ, ਇਹ ਉਹਨਾਂ ਦਾ ਡਿਸੀਜਨ ਸੀ ਵੀ ਅਸੀਂ ਇਹਨੂੰ ਘਰ ਲੈ ਕੇ ਜਾਣਾ, ਨਹੀਂ ਤਾਂ ਅਸੀਂ ਜ਼ਰੂਰ ਉਹਦਾ ਇਲਾਜ ਕਰਾਉਂਦੇ। ਜੇ ਉਹ ਸਾਡੇ 1 ਘੰਟਾ ਹੀ ਉਹਨੇ ਸਾਨੂੰ ਦਿੱਤਾ, 1 ਘੰਟੇ 'ਚ ਅਸੀਂ ਉਹਨੂੰ ਨੈਬੂਲਾਈਜ਼ ਕੀਤਾ, ਇੰਜੈਕਸ਼ਨ ਲਾਏ, ਫਸਟ ਏਡ ਦਿੱਤੀ, ਪਰਚੀ ਬਣਾਈ। ਉਸ ਤੋਂ ਬਾਅਦ ਪੇਰੈਂਟਸ ਆ ਗਏ, ਉਹਨੇ ਮਾਰਨਿੰਗ 'ਚ ਹੀ ਪੇਰੈਂਟਸ ਨੂੰ ਕਾਲ ਕੀਤਾ ਹੋਇਆ ਸੀ, ਉਹ ਬਠਿੰਡੇ ਤੋਂ ਆਏ ਔਰ ਉਹ ਆ ਕੇ ਵਿਦਿਆਰਥਣ ਨੂੰ ਇੱਥੋਂ ਲੈ ਗਏ। ਸਰ ਇਹ ਹੁਣ ਜਿਵੇਂ ਬੱਚੇ ਕਾਫੀ ਡਿਮਾਂਡਸ ਕਰ, ਅਲੱਗ ਅਲੱਗ ਕੰਪਲੇਂਟਸ ਰਿਟਰਨ 'ਚ ਦੇ ਰਹੇ ਹਾਂ, ਕਹਿ ਰਹੇ ਦੇਣਗੇ, ਤਾਂ ਇਹਨਾਂ ਨੂੰ ਕੀ ਕਦੋਂ ਤੱਕ ਫੈਸਲਾ? ਪਹਿਲਾਂ ਤਾਂ ਕੰਪਲੇਂਟਸ ਆਉਣਗੀਆਂ ਜੀ, ਕੰਪਲੇਂਟਸ ਨੂੰ ਪੜਿਆ ਜਾਏਗਾ, ਕੰਪਲੇਂਟਸ ਦੀ ਉਹ ਦੇਖਿਆ ਜਾਏਗਾ ਵੀ ਕਿਸ ਕਿਸਮ ਦੀਆਂ ਕੰਪਲੇਂਟ ਨੇ, ਫਿਰ ਇੱਕ ਹਾਈ ਲੈਵਲ ਕਮੇਟੀ ਬਣਾਈ ਜਾਏਗੀ, ਛੇਤੀ ਤੋਂ ਛੇਤੀ ਅਸੀਂ ਉਹਨਾਂ 'ਤੇ ਕੋਈ ਚੇਂਜ ਵੀ ਕੀਤਾ ਕਿਸੇ ਨੂੰ ਡਿਊਟੀ? ਇਸ ਵੇਲੇ ਮੈਂ ਇਹ ਕਿਹਾ ਜੀ ਕਿ 5-ਈਅਰ ਇੰਟੀਗ੍ਰੇਟਿਡ ਪ੍ਰੋਗਰਾਮ ਦੇ ਜਿਹੜਾ ਭਾਸ਼ਾਵਾਂ ਦੇ ਕੋਆਰਡੀਨੇਟਰ ਨੇ, ਉਹ ਡੀਨ ਜਿਹੜੇ 5-ਈਅਰ ਇੰਟੀਗ੍ਰੇਟਿਡ ਪ੍ਰੋਗਰਾਮ ਦੇ, ਉਹ ਸਿੱਧੇ ਤੌਰ 'ਤੇ ਵਿਦਿਆਰਥੀਆਂ ਨਾਲ ਡੀਲ ਕਰਨਗੇ, ਇਹ ਮੈਂ ਬਾਹਰ ਉਹਨਾਂ ਨੂੰ ਕਿਹਾ।